ਇੱਕ ਸਿਲੰਡਰ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਦੋਂ ਇੱਕ ਗੈਸ ਸਿਲੰਡਰ ਦੇ ਵਿੱਚੋਂ ਦੂਸਰੇ ਗੈਸ ਸਿਲੰਡਰ ਦੇ ਵਿੱਚ ਗੈਸ ਨੂੰ ਪਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਇੱਕ ਗੈਸ ਸਿਲੰਡਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਜਿਸ ਦੇ ਵਿੱਚ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦਰਅਸਲ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਇੱਕ ਫੈਕਟਰੀ ਦੇ ਵਿੱਚ ਨਾਈਟ੍ਰੋਜਨ ਗੈਸ ਦਾ ਵੱਡਾ ਸਿਲੰਡਰ ਪਿਆ ਸੀ ਤੇ ਛੋਟੇ ਸਿਲੰਡਰਾਂ ਦੇ ਵਿੱਚ ਉਹ ਗੈਸ ਭਰੀ ਜਾ ਰਹੀ ਸੀ। ਹਾਲਾਂਕਿ ਕਈ ਸਿਲੰਡਰਾਂ ਦੇ ਵਿੱਚ ਭਰੀ ਜਾ ਚੁੱਕੀ ਸੀ ਪਰ ਜਦੋਂ ਇੱਕ ਸਿਲੰਡਰ ਦੇ ਵਿੱਚ ਭਰਨ ਲੱਗੇ ਤਾਂ ਉਸ ਦੇ ਵਿੱਚ ਅਚਾਨਕ ਹੀ ਬਲਾਸਟ ਹੋ ਜਾਂਦਾ ਹੈ ਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਹਾਦਸਾ ਵਾਪਰਿਆ। ਤਾਂ ਇੱਕ ਸਿਲੰਡਰ ਦੇ ਵਿੱਚੋਂ ਦੂਸਰੇ ਸਿਲੰਡਰ ਦੇ ਵਿੱਚ ਇਹ ਗੈਸ ਭਰੀ ਜਾ ਰਹੀ ਸੀ ਨਾਈਟ੍ਰੋਜਨ ਤਾਂ ਅਚਾਨਕ ਹੀ ਛੋਟੇ ਸਿਲੰਡਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਤੇ ਜੋ ਗੈਸ ਭਰ ਰਿਹਾ ਹੁੰਦਾ ਵਿਅਕਤੀ ਉਸਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਫੈਕਟਰੀ ਦੇ ਵਿੱਚ ਇਹ ਹਾਦਸਾ ਵਾਪਰਿਆ। ਫਿਲਹਾਲ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ, ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿ ਆਖਰ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਕਿਵੇਂ ਹੈ। ਤਾਂ ਦੱਸ ਦਈਏ ਕਿ ਜਲੰਧਰ ਦੀ ਇੱਕ ਫੈਕਟਰੀ ਦੇ ਵਿੱਚ ਇਹ ਨਾਈਟ੍ਰੋਜਨ ਗੈਸ ਦਾ ਵੱਡਾ ਸਿਲੰਡਰ ਪਿਆ ਸੀ, ਜਦੋਂ ਛੋਟੇ ਸਿਲੰਡਰਾਂ ਦੇ ਵਿੱਚ ਪਾਉਣ ਲੱਗੇ ਤਾਂ ਅਚਾਨਕ ਹੀ ਇੱਕ ਨਾਈਟ੍ਰੋਜਨ ਗੈਸ ਦਾ ਛੋਟਾ ਸਿਲੰਡਰ ਫਟ ਜਾਂਦਾ ਹੈ ਤੇ ਇੱਕ ਵਿਅਕਤੀ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ। ਇੱਕ ਸਿਲੰਡਰ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਦੋਂ ਇੱਕ ਗੈਸ ਸਿਲੰਡਰ ਦੇ ਵਿੱਚੋਂ ਦੂਸਰੇ ਗੈਸ ਸਿਲੰਡਰ ਦੇ ਵਿੱਚ ਗੈਸ ਨੂੰ ਪਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਇੱਕ ਗੈਸ ਸਿਲੰਡਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਜਿਸ ਦੇ ਵਿੱਚ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦਰਅਸਲ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਇੱਕ ਫੈਕਟਰੀ ਦੇ ਵਿੱਚ ਨਾਈਟ੍ਰੋਜਨ ਗੈਸ ਦਾ ਵੱਡਾ ਸਿਲੰਡਰ ਪਿਆ ਸੀ ਤੇ ਛੋਟੇ ਸਿਲੰਡਰਾਂ ਦੇ ਵਿੱਚ ਉਹ ਗੈਸ ਭਰੀ ਜਾ ਰਹੀ ਸੀ। ਹਾਲਾਂਕਿ ਕਈ ਸਿਲੰਡਰਾਂ ਦੇ ਵਿੱਚ ਭਰੀ ਜਾ ਚੁੱਕੀ ਸੀ ਪਰ ਜਦੋਂ ਇੱਕ ਸਿਲੰਡਰ ਦੇ ਵਿੱਚ ਭਰਨ ਲੱਗੇ ਤਾਂ ਉਸ ਦੇ ਵਿੱਚ ਅਚਾਨਕ ਹੀ ਬਲਾਸਟ ਹੋ ਜਾਂਦਾ ਹੈ ਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਹਾਦਸਾ ਵਾਪਰਿਆ। ਤਾਂ ਇੱਕ ਸਿਲੰਡਰ ਦੇ ਵਿੱਚੋਂ ਦੂਸਰੇ ਸਿਲੰਡਰ ਦੇ ਵਿੱਚ ਇਹ ਗੈਸ ਭਰੀ ਜਾ ਰਹੀ ਸੀ ਨਾਈਟ੍ਰੋਜਨ ਤਾਂ ਅਚਾਨਕ ਹੀ ਛੋਟੇ ਸਿਲੰਡਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਤੇ ਜੋ ਗੈਸ ਭਰ ਰਿਹਾ ਹੁੰਦਾ ਵਿਅਕਤੀ ਉਸਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਫੈਕਟਰੀ ਦੇ ਵਿੱਚ ਇਹ ਹਾਦਸਾ ਵਾਪਰਿਆ। ਫਿਲਹਾਲ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ, ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿ ਆਖਰ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਕਿਵੇਂ ਹੈ। ਤਾਂ ਦੱਸ ਦਈਏ ਕਿ ਜਲੰਧਰ ਦੀ ਇੱਕ ਫੈਕਟਰੀ ਦੇ ਵਿੱਚ ਇਹ ਨਾਈਟ੍ਰੋਜਨ ਗੈਸ ਦਾ ਵੱਡਾ ਸਿਲੰਡਰ ਪਿਆ ਸੀ, ਜਦੋਂ ਛੋਟੇ ਸਿਲੰਡਰਾਂ ਦੇ ਵਿੱਚ ਪਾਉਣ ਲੱਗੇ ਤਾਂ ਅਚਾਨਕ ਹੀ ਇੱਕ ਨਾਈਟ੍ਰੋਜਨ ਗੈਸ ਦਾ ਛੋਟਾ ਸਿਲੰਡਰ ਫਟ ਜਾਂਦਾ ਹੈ ਤੇ ਇੱਕ ਵਿਅਕਤੀ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ।